ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। ਜਗਤਾਰ ਸਿੰਘ ਤਾਰਾ ਨੂੰ 2 ਘੰਟਿਆਂ ਦੀ ਪੈਰੋਲ ਖਤਮ ਹੋਈ ਹੈ, ਮੁੜ ਜੇਲ੍ਹ ਪਰਤਿਆ ਹੈ ਜਗਤਾਰ ਸਿੰਘ ਤਾਰਾ। ਦੇਖੋ ਵਾਪਸ ਜਾਂਦਿਆਂ ਦੀਆਂ ਤਸਵੀਰਾਂ, ਦੱਸ ਦਈਏ ਕਿ 2 ਘੰਟਿਆਂ ਦੇ ਲਈ ਜੇਲ੍ਹ ਤੋਂ ਬਾਹਰ ਆਇਆ ਸੀ, 2 ਘੰਟਿਆਂ ਦੀ ਪੈਰੋਲ ਮਿਲੀ ਸੀ ਜਗਤਾਰ ਸਿੰਘ ਤਾਰਾ ਨੂੰ। ਹੁਣ 2 ਘੰਟਿਆਂ ਦੀ ਪੈਰੋਲ ਖਤਮ ਹੋਣ ਤੇ ਮੁੜ ਜੇਲ੍ਹ ਲੈ ਕੇ ਗਈ ਆ ਪੁਲਿਸ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਵੈਨ ਦੀਆਂ, ਪੁਲਿਸ ਦੀ ਗੱਡੀ ਦੀ। ਐਸੇ ਹੀ ਕਾਫਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਮੁੜ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। 2 ਘੰਟੇ ਦੀ ਪੈਰੋਲ ਤੋਂ ਬਾਅਦ ਮੁੜ ਜੇਲ੍ਹ ਪਰਤਿਆ ਹੈ ਜਗਤਾਰ ਸਿੰਘ ਤਾਰਾ। ਦੱਸ ਦਈਏ ਕਿ ਰੋਪੜ ਦੇ ਵਿੱਚ ਆਪਣੀ ਭਤੀਜੀ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਇਆ ਸੀ, ਗੁਰੂ ਘਰ ਨਤਮਸਤਕ ਹੋਇਆ, ਉੱਥੇ ਕਾਫੀ ਸਿਕਿਉਰਿਟੀ ਦੇ ਵਿੱਚ ਆਪਣੀ ਭਤੀਜੀ ਦੀਆਂ ਲਾਵਾਂ ਵੇਖੀਆਂ ਅਤੇ 2 ਘੰਟਿਆਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਹੁਣ ਮੁੜ ਪੁਲਿਸ ਬੁੜੈਲ ਜੇਲ੍ਹ ਲੈ ਕੇ ਪਹੁੰਚੀ ਹੈ ਜਗਤਾਰ ਸਿੰਘ ਤਾਰਾ ਨੂੰ। ਦੱਸ ਦਈਏ ਕਿ ਵਿਆਹ ਦੇ ਵਿੱਚ ਸ਼ਾਮਿਲ ਹੋ ਕੇ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ ਹੈ ਜਗਤਾਰ ਸਿੰਘ ਤਾਰੇ ਨੇ। ਭਾਰੀ ਪੁਲਿਸ ਬਲ ਦੀ ਤੈਨਾਤੀ ਵਿਚਾਲੇ ਲਿਆਂਦਾ ਗਿਆ ਸੀ ਜਗਤਾਰ ਸਿੰਘ ਤਾਰਾ ਨੂੰ ਰੋਪੜ। ਹਾਈ ਕੋਰਟ ਨੇ 11 ਤੋਂ 1 ਵਜੇ ਤੱਕ 2 ਘੰਟਿਆਂ ਲਈ ਪੈਰੋਲ ਦਿੱਤੀ ਸੀ ਅਤੇ ਹੁਣ ਇਹ ਪੈਰੋਲ ਜਿਹੜੀ ਹੈ ਉਹ ਖਤਮ ਹੋ ਗਈ ਅਤੇ ਹੁਣ ਵਾਪਸ ਮੁੜ ਬੁੜੈਲ ਜੇਲ੍ਹ ਲੈ ਕੇ ਪਹੁੰਚੀ ਹੈ ਚੰਡੀਗੜ੍ਹ ਪੁਲਿਸ। ਦੱਸ ਦਈਏ ਕਿ ਬੇਅੰਤ ਸਿੰਘ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਉਹਨਾਂ ਦੇ ਕਤਲ ਕੇਸ ਦੇ ਵਿੱਚ ਬੁੜੈਲ ਜੇਲ੍ਹ 'ਚ ਬੰਦ ਹੈ ਜਗਤਾਰ ਸਿੰਘ ਤਾਰਾ ਦਾ। ਇਸ ਵੇਲੇ ਦੀ ਵੱਡੀ ਖਬਰ ਅਤੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। 2 ਘੰਟਿਆਂ ਦੀ ਪੈਰੋਲ ਜਗਤਾਰ ਸਿੰਘ ਤਾਰੇ ਦੀ ਖਤਮ ਹੋ ਗਈ ਹੈ, ਮੁੜ ਜੇਲ੍ਹ ਪਰਤਿਆ ਹੈ ਜਗਤਾਰ ਸਿੰਘ ਤਾਰਾ। ਦੇਖੋ ਵਾਪਸ ਜਾਂਦਿਆਂ ਦੀਆਂ ਤਸਵੀਰਾਂ। ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ ਜਗਤਾਰ ਸਿੰਘ ਤਾਰਾ ਨੂੰ। 2 ਘੰਟਿਆਂ ਦੀ ਪੈਰੋਲ ਖਤਮ ਹੋਈ ਹੈ, ਮੁੜ ਜੇਲ੍ਹ ਪਰਤਿਆ ਹੈ ਜਗਤਾਰ ਸਿੰਘ ਤਾਰਾ। ਦੇਖੋ ਵਾਪਸ ਜਾਂਦਿਆਂ ਦੀਆਂ ਤਸਵੀਰਾਂ। ਦੱਸ ਦਈਏ ਕਿ 2 ਘੰਟਿਆਂ ਦੇ ਲਈ ਜੇਲ੍ਹ ਤੋਂ ਬਾਹਰ ਆਇਆ ਸੀ, 2 ਘੰਟਿਆਂ ਦੀ ਪੈਰੋਲ ਮਿਲੀ ਸੀ ਜਗਤਾਰ ਸਿੰਘ ਤਾਰਾ ਨੂੰ। ਹੁਣ 2 ਘੰਟਿਆਂ ਦੀ ਪੈਰੋਲ ਖਤਮ ਹੋਣ ਤੇ ਮੁੜ ਜੇਲ੍ਹ ਲੈ ਕੇ ਗਈ ਆ ਪੁਲਿਸ। ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਵੈਨ ਦੀਆਂ, ਪੁਲਿਸ ਦੀ ਗੱਡੀ ਦੀ। ਐਸੇ ਹੀ ਕਾਫਲੇ ਦੇ ਵਿੱਚ ਜਗਤਾਰ ਸਿੰਘ ਤਾਰਾ ਨੂੰ ਮੁੜ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਹੈ। 2 ਘੰਟੇ ਦੀ ਪੈਰੋਲ ਤੋਂ ਬਾਅਦ ਮੁੜ ਜੇਲ੍ਹ ਪਰਤਿਆ ਹੈ ਜਗਤਾਰ ਸਿੰਘ ਤਾਰਾ। ਦੱਸ ਦਈਏ ਕਿ ਰੋਪੜ ਦੇ ਵਿੱਚ ਆਪਣੀ ਭਤੀਜੀ ਦੇ ਵਿਆਹ ਦੇ ਵਿੱਚ ਸ਼ਾਮਿਲ ਹੋਇਆ ਸੀ, ਗੁਰੂ ਘਰ ਨਤਮਸਤਕ ਹੋਇਆ, ਉੱਥੇ ਕਾਫੀ ਸਿਕਿਉਰਿਟੀ ਦੇ ਵਿੱਚ ਆਪਣੀ ਭਤੀਜੀ ਦੀਆਂ ਲਾਵਾਂ ਵੇਖੀਆਂ ਅਤੇ 2 ਘੰਟਿਆਂ ਦੀ ਪੈਰੋਲ ਖਤਮ ਹੋਣ ਤੋਂ ਬਾਅਦ ਹੁਣ ਮੁੜ ਪੁਲਿਸ ਬੁੜੈਲ ਜੇਲ੍ਹ ਲੈ ਕੇ ਪਹੁੰਚੀ ਹੈ ਜਗਤਾਰ ਸਿੰਘ ਤਾਰਾ ਨੂੰ। ਦੱਸ ਦਈਏ ਕਿ ਵਿਆਹ ਦੇ ਵਿੱਚ ਸ਼ਾਮਿਲ ਹੋ ਕੇ ਨਵੀਂ ਜੋੜੀ ਨੂੰ ਆਸ਼ੀਰਵਾਦ ਦਿੱਤਾ ਹੈ ਜਗਤਾਰ ਸਿੰਘ ਤਾਰੇ ਨੇ। ਭਾਰੀ ਪੁਲਿਸ ਬਲ ਦੀ ਤੈਨਾਤੀ ਵਿਚਾਲੇ ਲਿਆਂਦਾ ਗਿਆ ਸੀ ਜਗਤਾਰ ਸਿੰਘ ਤਾਰਾ ਨੂੰ ਰੋਪੜ। ਹਾਈ ਕੋਰਟ ਨੇ 11 ਤੋਂ 1 ਵਜੇ ਤੱਕ 2 ਘੰਟਿਆਂ ਲਈ ਪੈਰੋਲ ਦਿੱਤੀ ਸੀ ਅਤੇ ਹੁਣ ਇਹ ਪੈਰੋਲ ਜਿਹੜੀ ਹੈ ਉਹ ਖਤਮ ਹੋ ਗਈ ਅਤੇ ਹੁਣ ਵਾਪਸ ਮੁੜ ਬੁੜੈਲ ਜੇਲ੍ਹ ਲੈ ਕੇ ਪਹੁੰਚੀ ਹੈ ਚੰਡੀਗੜ੍ਹ ਪੁਲਿਸ। ਦੱਸ ਦਈਏ ਕਿ ਬੇਅੰਤ ਸਿੰਘ ਜੋ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹੇ ਨੇ, ਉਹਨਾਂ ਦੇ ਕਤਲ ਕੇਸ ਦੇ ਵਿੱਚ ਬੁੜੈਲ ਜੇਲ੍ਹ 'ਚ ਬੰਦ ਹੈ ਜਗਤਾਰ ਸਿੰਘ ਤਾਰਾ ਦਾ। ਇਸ ਵੇਲੇ ਦੀ ਵੱਡੀ ਖਬਰ ਅਤੇ ਐਕਸਕਲੂਸਿਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। 2 ਘੰਟਿਆਂ ਦੀ ਪੈਰੋਲ ਜਗਤਾਰ ਸਿੰਘ ਤਾਰੇ ਦੀ ਖਤਮ ਹੋ ਗਈ ਹੈ, ਮੁੜ ਜੇਲ੍ਹ ਪਰਤਿਆ ਹੈ ਜਗਤਾਰ ਸਿੰਘ ਤਾਰਾ। ਦੇਖੋ ਵਾਪਸ ਜਾਂਦਿਆਂ ਦੀਆਂ ਤਸਵੀਰਾਂ।